ਇੱਕ ਹੀ ਖਬਰ ਚਰਚਾ ਦੇ ਵਿੱਚ ਹੈ ਵੀ ਕੈਨੇਡਾ ਨੇ ਇੰਟਰਨੈਸ਼ਨਲ ਸਟੂਡੈਂਟਸ 'ਤੇ ਕੈਪ ਲਾ ਤਾ ਵੀ ਕੀ ਹੁਣ ਬੱਚੇ ਜਾ ਨਹੀਂ ਸਕਦੇ, ਜਿਹੜੇ ਪਹਿਲਾਂ ਦੇ ਗਏ ਨੇ ਉਹਨਾਂ ਦਾ ਕੀ ਬਣਨਾ, ਅਤੇ ਜਿਹਨਾਂ ਦਾ ਵੀਜ਼ਾ ਲੱਗ ਗਿਆ ਅਤੇ ਉਸ ਤੋਂ ਬਾਅਦ ਤਬਦੀਲੀਆਂ ਆਈਆਂ ਉਹਨਾਂ ਦਾ ਕੀ ਬਣੂਗਾ? ਇੰਟਰਨੈਸ਼ਨਲ ਸਟੂਡੈਂਟਸ ਜਿਹੜਾ ਕਿ ਇੱਕ ਮੇਜਰ ਚੰਕ ਆ ਜਿੱਥੇ ਹਰੇਕ ਬੰਦਾ ਇਮੀਗ੍ਰੇਟ ਹੋਣਾ ਚਾਹੁੰਦਾ ਅਤੇ ਐਜ਼ ਅ ਸਟੂਡੈਂਟ ਆਉਂਦਾ ਕੈਨੇਡਾ ਦੇ ਵਿੱਚ, ਅਤੇ ਹੁਣ ਕੈਪ ਜਿਹੜੀ ਇਹਨਾਂ ਨੇ ਲਾਈ ਆ ਉਹਦੇ ਅਕੋਰਡਿੰਗ 2024 ਦੇ ਵਿੱਚ 360,000 ਸਟੂਡੈਂਟ ਹੀ ਆਊਗਾ। ਸਪਾਊਸ ਦਾ ਰੌਲਾ ਬੜਾ ਪੈ ਗਿਆ, ਇਹਨਾਂ ਦਾ ਵਿਆਹ ਹੀ ਇਸ ਚੱਕਰ 'ਚ ਹੋਇਆ ਸੀ ਕੈਨੇਡਾ ਦੇ ਵੀਜ਼ੇ ਕਰਕੇ, ਅਤੇ ਸਪਾਊਸ ਕਿੱਦਾਂ ਜਾਊਗਾ ਹੁਣ? ਸਪਾਊਸ ਜਿੰਨੀ ਦੇਰ ਸਟੂਡੈਂਟ PR ਨਹੀਂ ਹੋ ਜਾਂਦਾ, ਸਪਾਊਸ ਫਿਰ ਮਗਰ ਆਪਣੇ ਮੁਲਕ 'ਚ ਬੈਠਾ ਰਹੂਗਾ? ਸਪੌਂਸਰ ਆ ਜਦੋਂ ਉਹ ਵਰਕ ਪਰਮਿਟ 'ਤੇ ਚਲਿਆ ਜਾਊਗਾ ਤਾਂ ਆਪਣੇ ਸਪਾਊਸ ਨੂੰ ਬੁਲਾ ਸਕਦਾ। ਜਿਹੜੇ ਪਲੱਸ ਟੂ ਕਰਕੇ ਬੱਚੇ ਆਉਂਦੇ ਸੀ ਜਿਵੇਂ ਇੰਡੀਆ ਦੇ ਵਿੱਚ ਕਾਲਜ, ਜਿਹੜੇ ਉਹ ਵਿਹਲੇ ਹੋਣ ਨੂੰ ਫਿਰਦੇ ਸੀ, ਉਹਨਾਂ ਲਈ ਕੀ ਆਪਸ਼ਨਸ? ਜਿਹੜੇ ਪਹਿਲਾਂ ਦੇ ਆਏ ਹੋਏ ਆ ਉਹਨਾਂ 'ਤੇ ਇਸ ਜਿਹੜਾ ਨਵਾਂ ਡਿਸੀਜ਼ਨ ਆਇਆ ਇਹਦਾ ਕੋਈ ਅਸਰ ਪਊਗਾ ਉਹਨਾਂ 'ਤੇ? ਉਹ ਬੱਚਿਆਂ ਨੂੰ ਵਰਕ ਪਰਮਿਟ ਨਹੀਂ ਮਿਲੂਗਾ। ਇਹਨਾਂ ਦਾ ਵੀਜ਼ਾ ਲੱਗਾ ਉਹ ਹਾਲੇ ਇੰਡੀਆ 'ਚ ਬੈਠੇ ਨੇ, ਉਹਨਾਂ ਬਾਰੇ ਵੀ ਦੱਸੋ ਸਰ। ਦੇਖੋ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਜੀ ਉਹਨਾਂ ਦਾ ਆਲਰੇਡੀ ਡਿਸੀਜ਼ਨ ਮੇਡ ਹੋ ਚੁੱਕਿਆ ਵਾ ਇਮੀਗ੍ਰੇਸ਼ਨ ਵੱਲੋਂ, ਤਾਂ ਆ ਕੇ ਵਰਕ ਪਰਮਿਟ ਵੀ ਉਹਨੂੰ ਮਿਲੂਗਾ, ਪਲੱਸ ਉਹਨੂੰ ਇਹ ਵੀ ਬੈਨੀਫਿਟ ਉਹਦੀ VR ਵੀਜ਼ੀ ਹੈ। ਜਿਹੜੇ ਸਟੂਡੈਂਟਸ ਹੋਣੇ ਆ ਉਹਨਾਂ ਦੇ ਸਪਾਊਸ ਨੂੰ ਵੀ ਮਤਲਬ ਉਹ ਡਿਲੇ ਹੋ ਸਕਦਾ ਉਹਨਾਂ ਦਾ? ਦੇਖੋ ਜੀ ਇਹਦੇ ਵਿੱਚ ਉਹਨਾਂ ਨੇ ਕੋਈ ਸਪੈਸੀਫਿਕ ਟਾਈਮਲਾਈਨ ਨਹੀਂ ਦਿੱਤੀ ਹੈਗੀ, ਪਰ ਉਹਨਾਂ ਨੇ ਇਹ ਕਿਹਾ ਵੀ ਵਿਦਇਨ ਫਿਊ ਵੀਕਸ ਜਾਂ ਫਿਰ ਫਿਊ ਮੰਥਸ ਚੇਂਜਸ ਆਉਣਗੇ। ਸੋ ਇਹ ਹੈਗਾ ਵੀ ਜਿਨ੍ਹਾਂ ਨੇ ਫਾਈਲਸ ਲਾਈਆਂ ਨੇ ਹੋ ਸਕਦਾ ਉਹਦੇ 'ਤੇ ਕੋਈ ਇਫੈਕਟ ਪਵੇ ਜਾਂ ਫਿਰ ਨਾ ਪਵੇ, ਬਟ ਇਹਦੇ 'ਤੇ ਹਲੇ ਕੋਈ ਕਲੈਰਿਟੀ ਨਹੀਂ ਦਿੱਤੀ ਹੈਗੀ। ਜੇ ਮੰਨ ਲਓ ਕੋਈ ਚੇਂਜਸ ਨਹੀਂ ਆਉਂਦੀਆਂ ਤਾਂ ਹੁਣ ਜਿੱਦਾਂ ਜਿੰਨਾ ਕੁ ਡਿਸੀਜ਼ਨ ਹੋਣ ਆਇਆ ਆ ਉਹਦੇ ਹਿਸਾਬ ਨਾਲ ਸਪਾਊਸ ਜਿੰਨੀ ਦੇਰ ਸਟੂਡੈਂਟ PR ਨਹੀਂ ਹੋ ਜਾਂਦਾ, ਸਪਾਊਸ ਫਿਰ ਮਗਰ ਆਪਣੇ ਮੁਲਕ 'ਚ ਬੈਠਾ ਰਹੂਗਾ? ਨਹੀਂ ਜੀ, ਜਦੋਂ ਸਪਾਊਸ ਜਿਵੇਂ ਹੁਣ ਜਿਹੜਾ ਸਪੌਂਸਰ ਆ ਜਦੋਂ ਉਹ ਵਰਕ ਪਰਮਿਟ 'ਤੇ ਚਲਿਆ ਜਾਊਗਾ ਤਾਂ ਆਪਣੇ ਸਪਾਊਸ ਨੂੰ ਬੁਲਾ ਸਕਦਾ। ਜਿਨ੍ਹਾਂ ਦਾ ਵੀਜ਼ਾ ਲੱਗਾ ਉਹ ਹਾਲੇ ਇੰਡੀਆ 'ਚ ਬੈਠੇ ਨੇ, ਉਹਨਾਂ ਬਾਰੇ ਵੀ ਦੱਸੋ ਸਰ। ਦੇਖੋ ਜਿਨ੍ਹਾਂ ਦਾ ਵੀਜ਼ਾ ਲੱਗ ਗਿਆ ਜੀ ਉਹਨਾਂ ਦਾ ਆਲਰੇਡੀ ਡਿਸੀਜ਼ਨ ਮੇਡ ਹੋ ਚੁੱਕਿਆ ਵਾ ਇਮੀਗ੍ਰੇਸ਼ਨ ਵੱਲੋਂ, ਉਹਨਾਂ ਦੇ ਉੱਤੇ ਕੋਈ ਫਰਕ ਨਹੀਂ ਪਊਗਾ, ਕੋਈ ਇਫੈਕਟ ਨਹੀਂ ਹੈਗਾ ਉਹਨਾਂ ਜੀ। ਜਿੱਦਾਂ ਇੱਕ ਰੌਲਾ ਹੋਰ ਚੱਲਣ ਡਿਆ ਆ ਵੀ ਹੁਣ ਜਿਹੜੇ ਕਾਲਜਿਸ ਬਹੁਤੇ ਵਧੀਆ ਨਹੀਂ ਸੀ ਵੀ ਉਹਨਾਂ ਦੀਆਂ ਤਾਂ ਹੱਟੀਆਂ ਬੰਦ ਹੋ ਜਾਣੀਆਂ, ਜੇ ਅਸੀਂ ਬਾਕੀ ਪ੍ਰੋਵਿੰਸਿਸ ਦੀ ਗੱਲ ਕਰੀਏ ਤਾਂ ਉੱਥੇ ਤਾਂ ਇੱਦਾਂ ਦੇ ਕਾਲਜ ਵੇਖਣ ਨੂੰ ਮਿਲਦੇ ਨੇ, ਪਰ ਜੇ ਅਸੀਂ ਅਲਬਰਟਾ ਦੀ ਗੱਲ ਕਰੀਏ ਤਾਂ ਅਲਬਰਟਾ ਦੇ ਵਿੱਚ ਇੱਦਾਂ ਦੇ ਕਾਲਜਿਸ ਘੱਟ ਨੇ, ਤਾਂ ਕੀ ਫਿਰ ਜਿਹੜਾ ਹੁਣ ਡਿਸੀਜ਼ਨ ਆਇਆ ਇਹਦੇ ਨਾਲ ਅਲਬਰਟਾ ਕਿੰਨਾ ਕੁ ਇਫੈਕਟ ਹੋਊਗਾ? ਦੇਖੋ ਜੀ ਅਲਬਰਟਾ 'ਤੇ ਤਾਂ ਜ਼ਿਆਦਾ ਇਫੈਕਟ ਨਹੀਂ ਪੈਣਾ ਹੈਗਾ ਕਿਉਂਕਿ ਅਲਬਰਟਾ ਦੇ ਵਿੱਚ ਪਹਿਲਾਂ ਹੀ ਐਵੇਂ ਦੇ ਇੰਸਟੀਟਿਊਟਸ ਬਹੁਤ ਘੱਟ ਹੀ ਨੇ, ਬਟ ਅਲਬਰਟਾ ਦੇ ਵਿੱਚ ਜੇ ਕੋਈ ਵੀ ਸਟੂਡੈਂਟ ਆਉਂਦਾ ਤਾਂ ਆ ਕੇ ਵਰਕ ਪਰਮਿਟ ਵੀ ਉਹਨੂੰ ਮਿਲੂਗਾ, ਪਲੱਸ ਉਹਨੂੰ ਇਹ ਵੀ ਬੈਨੀਫਿਟ ਉਹਦੀ VR ਵੀਜ਼ ਹੀ ਹੈ। ਸਟੂਡੈਂਟਸ ਦੇ ਵਰਕ ਦੀ ਵੀ ਗੱਲ ਕਰ ਲਈਏ, ਪਿੱਛੇ ਜੇ ਰੌਲਾ ਪਿਆ ਸੀ ਵੀ ਉਹਨਾਂ ਦੇ ਆਵਰਸ ਵੀ ਕੁਛ ਚੇਂਜਿਸ ਹੋ ਰਹੀਆਂ ਨੇ, ਜੇ ਮੈਂ ਕਰੰਟ ਸਿਚੁਏਸ਼ਨ ਦੀ ਗੱਲ ਕਰਾਂ ਤਾਂ ਇੱਕ ਸਟੂਡੈਂਟ ਕਿੰਨਾ ਚਿਰ ਜਿਹੜਾ ਉਹ ਕੰਮ ਕਰ ਸਕਦਾ? ਜਦੋਂ ਇਹ ਅਨਾਊਂਸਮੈਂਟ ਹੋਈ ਆ ਇਹ ਡਿਸੰਬਰ ਦੇ ਵਿੱਚ ਹੋਈ ਸੀਗੀ, ਸੋ ਜਿਨ੍ਹਾਂ ਦੇ ਕੋਲ ਆਲਰੇਡੀ ਵਰਕ ਪਰਮਿਟ ਉਹਨਾਂ ਦੇ ਅਪਲਾਈਡ ਸੀਗੇ ਜਾਂ ਫਿਰ ਇਨ ਪ੍ਰੋਸੈਸ ਸੀਗੇ ਉਹ ਟਿਲ April 2024 ਫੁੱਲ ਟਾਈਮ ਕੰਮ ਕਰ ਸਕਦੇ ਨੇ ਜੀ। ਅਤੇ ਜਿਹੜਾ ਹੁਣ ਡਿਸੀਜ਼ਨ ਆਇਆ ਇਹਦਾ PR 'ਤੇ ਵੀ ਕੋਈ ਅਸਰ ਪਊਗਾ? ਨਹੀਂ ਜੀ, PR 'ਤੇ ਇਹਦਾ ਕੋਈ ਅਸਰ ਨਹੀਂ ਹੈਗਾ। ਹੁਣ ਜੇ ਆਪਾਂ ਗੱਲ ਕਰੀਏ ਤਾਂ ਜਿਹੜਾ ਆਹ ਸਾਲ ਦਾ ਕੋਟਾ ਵਾ ਉਹ 485,000 ਦਾ ਵਾ, ਤਾਂ ਉਹਦੇ ਅਕੋਰਡਿੰਗ ਜੇ ਆਪਾਂ ਕਹੀਏ ਵੀ 360,000 ਸਟੂਡੈਂਟ ਆ ਰਹੇ ਆ ਅਤੇ ਫਿਰ ਵੀ ਕੋਟਾ ਤਾਂ 485,000 'ਤੇ ਆ, ਅਤੇ ਹੁਣ ਜਿਹੜਾ 2025 ਦਾ ਕੋਟਾ ਉਹ ਆਲਰੇਡੀ ਡਿਸਾਈਡ ਹੋਇਆ ਹੋਇਆ ਅਤੇ ਉਹ 500,000 ਦਾ ਇਹਨਾਂ ਨੇ ਕੀਤਾ ਹੋਇਆ।